ਵੈਲਕਮ ਬੈਕ। ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹਨ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ ਅਰਵਿੰਦ ਜੀ, ਮੈਂ ਗੁਰਦੀਪ ਤੋਂ ਪੜਾ ਆਇਆ, ਮੈਂ ਗੱਲ ਕਰਨੀ ਸੀ। ਹਾਂਜੀ ਹਾਂਜੀ, ਉਹ ਅਸਲ ਤੇ ਨਾਸੀਰ ਨਹੀਂ ਹੁੰਦਾ, ਤਾਸੀਰ ਹੁੰਦਾ ਤੱਤੇ ਨਾਲ। ਤਾਸੀਰ, ਸੌਰੀ, ਯੂ ਰਾਈਟ, ਨਸੀਰ ਨਹੀਂ ਤਸੀਰ। ਹਾਂ, ਠੰਡੀ ਹੁੰਦੀ ਹੈ, ਉਹਦਾ ਕੀ ਹੈਗਾ ਬਈ? ਉਹ ਫਲਾਣੀ ਚੀਜ਼, ਮਤਲਬ ਉਹ ਚੀਜ਼ ਦਾ ਸੁਭਾਅ ਠੰਡਾ ਹੈ, ਜਿੱਦਾਂ ਤੁਸੀਂ ਪਦੀਨੇ ਨੂੰ ਕਹਿੰਦੇ ਆ ਵੀ ਠੰਡਾ ਹੁੰਦਾ, ਮਤਲਬ ਉਹਦਾ ਸੁਭਾਅ ਹੈ ਇੱਕੋ ਠੰਡਾ ਹੁੰਦਾ। ਉਹ ਜਦੋਂ ਤੁਸੀਂ ਪਾਣੀ ਵਿੱਚ ਪਾ ਕੇ ਸਾਨੂੰ ਘੋਲ ਕੇ ਜਾਂ ਚਟਨੀ ਬਣਾ ਕੇ ਖਾਂਦੇ ਆ ਤਾਂ ਉਹ ਤਸੀਰ ਹੁੰਦੀ ਹੈ, ਨਸੀਰ ਨਹੀਂ। ਬਾਕੀ ਨਸਕੀਰ ਨਹੀਂ, ਨਕਸੀਰ ਹੁੰਦੀ ਹੈ, ਨਾ ਕੱਕਾ ਦੱਸੇ ਨੂੰ ਸਿਆਰੀ। ਬਾਕੀ ਉਹ ਜਿਹੜੀ ਮੋਮ ਹੈ ਉਹਨੂੰ ਮੈਂ ਜ਼ਰੂਰ ਕਹਾਂਗਾ। ਮੈਂ ਬਚਪਨ ਦੇ ਵਿੱਚ, ਮੈਂ ਚੌਥੀ ਜਮਾਤ ਤੋਂ ਹੀ ਫੁੱਟਬਾਲ ਖੇਡਣਾ ਸ਼ੁਰੂ ਕਰਤਾ ਸੀ ਤੇ ਮੈਂ ਸਾਰੀ ਜ਼ਿੰਦਗੀ ਫੁੱਟਬਾਲ ਖੇਡਿਆ, ਔਰ ਦੁਪਹਿਰ ਕੀ ਸ਼ਾਮ ਕੀ ਰਾਤ ਕੀ ਜਿੱਥੇ ਖੇਡਣਾ ਮੁੰਡਿਆਂ ਨੇ ਆਪਾਂ ਜਾਣਾ ਹੀ ਜਾਣਾ, ਬਾਸਕਟਬਾਲ ਤੇ ਵੀ ਹਿੱਸਾ ਲੈ ਜਾਣਾ, ਹਾਕੀ ਤੇ ਵੀ ਲੈਣਾ। ਉਹਦੀ ਮੋਮ ਨੂੰ ਬਹੁਤ ਖੁਸ਼ ਹੋਣਾ ਚਾਹੀਦਾ, ਉਹ ਨਸੀਬਾਂ ਵਾਲੀ ਹੈ। ਤੇ ਮੇਰਾ ਹੁਣ ਜਿਮ ਮੈਂ ਦੱਸਿਆ ਸੀ 12 ਵਜੇ ਜਾਂਦਾ, ਮੇਰਾ ਕਾਰਨ ਵੀ ਇਹੀ ਹੈ ਕਿ ਮੈਂ ਬਹੁਤ ਗਰਮੀਆਂ ਦੇ ਵਿੱਚ ਖੇਡਿਆ ਹੋਇਆ, ਮੇਰੀ ਜਿਹੜੀ ਉਹ ਚਮੜੀ ਉੱਦਾਂ ਦੀ ਹੋ ਚੁੱਕੀ ਆ, ਉਹਨਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ। ਉਹ ਮੇਰੀ ਉਦਾਹਰਣ ਦੇਣਾ, ਉਹ ਬੱਚੇ ਨੂੰ ਉਹ ਬਿਲਕੁਲ ਫਿਟ ਰਹੇਗਾ ਸਾਰੀ ਜ਼ਿੰਦਗੀ। ਮੈਂ 68 ਸਾਲ ਦਾ, ਪਰ ਮੈਂ 12 ਵਜੇ ਜਾਂਦਾ, ਮੈਨੂੰ ਕੋਈ ਫਰਕ ਨਹੀਂ। ਮੈਂ ਬਸ ਇੰਨਾ ਵੀ ਜਿਹੜਾ ਤੌਲੀਆ ਹੈ ਉਹ ਮੈਂ ਪਾਣੀ ਨਾਲ ਭਿਗੋ ਕੇ ਘਰੋਂ ਉਹਨੂੰ ਨਿਚੋੜ ਕੇ ਸਿਰ ਤੇ ਬੰਨ ਕੇ ਲੈ ਜਾਂਦਾ। 1 ਮੀਲ ਮੈਂ ਜਾਣਾ ਹੁੰਦਾ ਤੁਰ ਕੇ, ਉਹ ਮੇਰਾ ਉਹਨੇ ਤੇ ਜਾਂਦਾ ਜਾਂਦਾ ਉਹ ਸੁੱਕ ਜਾਂਦਾ ਜ਼ਰੂਰ, ਪਰ ਮੈਂ ਠੰਡਾ ਰਹਿਣਾ, ਤਦ ਨੂੰ ਮੈਂ ਜਿੰਮ ਪਹੁੰਚ ਜਾਂਦਾ। ਕਿਉਂਕਿ ਮੈਂ ਬੜੀ ਦੇਰ ਤੋਂ ਇਹ ਵਰਡਸ ਯੂਜ਼ ਨਹੀਂ ਕੀਤੇ ਸੀ, ਮੈਨੂੰ ਲੱਗ ਰਿਹਾ ਸੀ ਮੈਂ ਕੁਛ ਗੜਬੜ ਹੈ, ਕੋਈ ਗਲਤ ਬੋਲ ਰਹੀ ਹਾਂ। ਬਟ ਯਾ, ਸੋ ਉਹ ਵੀ ਗੱਲ ਹੈ ਕਿ ਯੂ ਨੋ ਬਚਪਨ ਤੋਂ ਤੁਸੀਂ ਇੰਨੇ ਸਟਰੋਂਗ ਹੋ ਜਾਏਗਾ ਉਹ ਕਿ ਹੀ ਵਿਲ ਬੀ ਫਿਟ ਫੋਰ ਐਨੀਥਿੰਗ। ਸੋ ਬੀ ਹੈਪੀ, ਮੋਮ ਵਾਸਤੇ ਤਾਂ ਖਾਸ ਤੌਰ 'ਤੇ ਇਹ ਮੈਸੇਜ ਹੈ। ਬਾਕੀ ਠੀਕ ਹੈ, ਸਵਿਮਿੰਗ ਵੱਲ ਪਾ ਦਿਓ, ਵਾਟਰ ਸਪੋਰਟਸ, ਬਾਕੀ ਸਾਰਿਆਂ ਨੂੰ ਸਪੈਸ਼ਲੀ ਜਿਹੜੇ ਕਿ ਯੂ ਨੋ ਖੇਡਣਾ ਵੀ ਚਾਹੁੰਦੇ ਨੇ ਔਰ ਗਰਮੀ ਤੋਂ ਡਰਦੇ ਵੀ ਹੈ ਮੇਰੇ ਵਰਗੇ, ਅਤੇ ਉਹ ਵਾਟਰ ਸਪੋਰਟਸ ਕਰ ਸਕਦੇ ਹੈ, ਸਵਿਮਿੰਗ ਕਰ ਸਕਦੇ ਹੈ, ਐਂਡ ਹੋਰ ਬੜੀਆਂ ਚੀਜ਼ਾਂ ਹੈ ਜਿਹੜੀਆਂ ਕਿ ਜਿਹਨੂੰ ਅਸੀਂ, ਐਂਡ ਬੇਸ਼ੱਕ ਗੁਰਦੀਪ ਜੀ ਨੂੰ ਆਦਤ ਹੈ, ਹੀ ਇਜ਼ ਰਾਈਟ, ਕਿ ਉਹ ਬਚਪਨ ਤੋਂ ਹੈਗੀ ਆਦਤ। ਸੋ ਅਸੀਂ ਨਹੀਂ ਕਾਪੀ ਕਰ ਸਕਦੇ ਕਿ ਮੈਂ ਸੋਚਾਂ ਕਿ ਗੁਰਦੀਪ ਜੀ ਕਰਦੇ ਆ ਮੈਂ ਵੀ ਕਰਾਂ, ਯੂ ਨੋ ਹੋ ਸਕਦਾ ਮੈਨੂੰ ਨਾ ਸੂਟ ਕਰੇ। ਸੋ ਆਪਣੀ ਬਾਡੀ ਨੂੰ ਯੂ ਨੋ ਪਹਿਚਾਣਨਾ, ਉਹਨੂੰ ਜਾਣਨਾ ਉਹ ਵੀ ਜ਼ਰੂਰੀ ਹੈ, ਕਿਉਂਕਿ ਅਸੀਂ ਆਮ ਤੌਰ 'ਤੇ ਅਗਰ ਹੀਟ ਦਾ ਪੀਕ ਮੌਸਮ ਹੈ ਉਸ ਦੇ ਵਿੱਚ ਸ਼ੋਰਟ ਇੰਟਰਵਲਸ 'ਚ ਜਾਓ ਵਾਪਸ ਆ ਜਾਓ, ਰਾਦਰ ਦੈਨ ਇੱਕ ਲੰਬਾ ਯੂ ਨੋ ਟਾਈਮ ਤੁਸੀਂ ਧੁੱਪੇ ਰਹੋ। ਸੋ ਦੈਟਸ ਆਲਸੋ ਅ ਗੁੱਡ ਟਿਪ। ਬਾਕੀ ਇਹ ਹੈ ਕਿ ਕਾਮਿੰਗ ਇਫੈਕਟ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਸੀਗਾ ਕਿ ਯੂ ਨੋ ਰੇਨ ਸਾਊਂਡਸ ਵਾਸਤੇ ਵੀ ਅਤੇ ਅਰੋਮਾ ਵੀ, ਲਵੈਂਡਰ ਕਹਿੰਦੇ ਆ ਘਰ ਦੇ ਵਿੱਚ, ਲਵੈਂਡਰ ਦੀ ਸਮੈਲ ਆਉਣੀ ਬੜੀ ਕਾਮਿੰਗ ਹੁੰਦੀ ਹੈ, ਐਂਡ ਸਿਟਰਸ ਇਨ ਦ ਡੇ, ਲਵੈਂਡਰ ਐਟ ਨਾਈਟ ਔਰ ਸਿਟਰਸ ਇਨ ਦ ਡੇ ਮੇਕਸ ਯੂ ਫੀਲ ਵੈਰੀ ਫਰੈਸ਼। ਸੋ ਜਿਵੇਂ ਅਸੀਂ ਗਰਮੀ 'ਚ ਕਈ ਵਾਰੀ ਬੇਹਾਲ ਹੋਏ ਹੁੰਦੇ, ਥੋੜ੍ਹੀ ਜਿਹੀ ਸਿਟਰਸੀ ਸਮੈਲ ਕਰੋ, ਔਰੇਂਜ ਜੂਸ ਪੀਓ, ਔਰੇਂਜ ਨੂੰ ਪਾ ਕੇ ਪਾਣੀ ਦੇ ਵਿੱਚ, ਨਿੰਬੂ ਨੂੰ ਪਾਣੀ ਚ ਪਾ ਕੇ, ਅਤੇ ਦੈਟ ਮੇਕਸ ਯੂ ਫੀਲ ਵੈਰੀ ਫਰੈਸ਼। ਸੋ ਇਹ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਕਿ, ਔਰ ਲਾਈਟਸ ਘੱਟ ਔਨ ਕਰੀਏ, ਮੈਨੂੰ ਲੱਗਦਾ ਲਾਈਟਸ ਨਾਲ ਵੀ ਬੜੀ ਗਰਮੀ ਹੁੰਦੀ ਹੈ। ਆਫਕੋਰਸ ਸਟੂਡੀਓ ਦੇ ਵਿੱਚ ਇਸ ਵੇਲੇ ਮੈਨੂੰ ਬੜੀ ਗਰਮੀ ਲੱਗਦੀ ਹੈ ਬਿਕੋਜ਼ ਆਫ ਆਲ ਦ ਲਾਈਟਸ, ਬਟ ਐਟਲੀਸਟ ਐਟ ਹੋਮ ਐਂਡ ਜਿੱਥੇ ਅਸੀਂ ਵਰਕ ਪਲੇਸਿਸ ਹੈ, ਵੀ ਕੈਨ ਟਰਾਈ ਸਮ ਡਿਮ ਲਾਈਟਸ ਤਾਂ ਕਿ ਮਾਹੌਲ ਕੂਲ ਰਹੇ। ਸੋ ਹੋਰ ਵੀ ਬੜੀਆਂ ਚੀਜ਼ਾਂ ਹੈ ਜਿਹੜੀਆਂ ਕਿ ਤੁਸੀਂ ਕਰ ਸਕਦੇ ਹੋ ਖਾਣ ਪੀਣ ਦੇ ਵਿੱਚ, ਜਿਵੇਂ ਕੋਟਨ ਦੀ ਗੱਲ ਕੀਤੀ ਸੀ, ਕੋਟਨ ਦੇ ਕੱਪੜੇ ਟਾਈਟ ਨਹੀਂ, ਯੂ ਨੋ ਲੂਜ਼ ਹੋਣ ਅੱਜ ਕੱਲ੍ਹ ਦੇ ਕੱਪੜੇ, ਵਿਚ ਇਜ਼ ਗੁੱਡ। ਸੋ ਥੈਂਕ ਯੂ ਸੋ ਮੱਚ। ਪਰ ਅਗਲੇ ਵੈਨਸਡੇ ਨੂੰ ਜ਼ਰੂਰ ਇੱਕ ਹੋਰ ਸਵਾਲ ਆਇਆ ਹੋਇਆ ਯੰਗ ਕੁੜੀ ਦਾ ਕਿ ਸਕਿਨ ਕੇਅਰ ਦੇ ਵਾਸਤੇ ਜਿਹੜੇ ਹੈਗੇ ਆ ਕਰਦੀਆਂ ਟਿਪਸ, ਕਿ ਮੈਂ ਬਹੁਤ ਕੈਮੀਕਲਸ ਆਪਣੇ ਬੋਡੀ 'ਤੇ ਲਗਾ ਚੁੱਕੀ ਹਾਂ, ਇੰਡਸਟਰੀਜ਼ ਫੁੱਲ ਆਫ ਦੈਮ, ਔਰ ਮੇਰੀ ਬੱਸ ਹੋ ਚੁੱਕੀ ਹੈ, ਮੈਂ ਆਪਣੀ ਸਪੋਇਲ ਕਰ ਚੁੱਕੀ ਹਾਂ ਸਕਿਨ, ਪਲੀਜ਼ ਮੈਨੂੰ ਘਰ ਦੀਆਂ ਚੀਜ਼ਾਂ ਦੱਸੋ ਜਿਹੜੀਆਂ ਕਿ ਮਾਵਾਂ ਦਾਦੀਆਂ ਸਾਰੀਆਂ ਦੱਸਦੀਆਂ ਹੁੰਦੀਆਂ ਸੀ, ਮੈਨੂੰ ਉਹ ਦੱਸੋ। ਸੋ ਆਈ ਨੋ ਨੈਵਰ ਅ ਪ੍ਰੋਬਲਮ ਜਦੋਂ ਅਸੀਂ ਪਰਿਵਾਰ 'ਚ ਮਿਲ ਕੇ ਬੈਠਦੇ ਹਾਂ ਕਿਸੇ ਤਰ੍ਹਾਂ ਦੀ ਵੀ ਗੱਲ ਕਰਨ ਦੇ, ਯੂ ਨੋ ਹੋਣਾ ਚਾਹੀਦਾ। ਸੋ ਆਈ ਸੈਡ ਕਿ ਓਕੇ, ਵੀ ਵਿਲ ਟੋਕ ਅਬਾਊਟ ਇਟ ਨੈਕਸਟ ਵੈਨਸਡੇ ਨੂੰ, ਅਸੀਂ ਸਕਿਨ ਕੇਅਰ ਫਰੋਮ ਯੂ ਨੋ ਹੋਮ, ਕਿਚਨ ਹੋਮ, ਜੋ ਤੁਸੀਂ ਕੂਲ ਗਰਮੀਆਂ ਦੇ ਵਿੱਚ ਵੀ, ਵੈਸੇ ਵਿੰਟਰਸ ਦੇ ਵਿੱਚ ਵੀ ਸਕਿਨ ਨੂੰ ਕਿਵੇਂ ਕੇਅਰ ਕਰਨੀ ਚਾਹੀਦੀ ਹੈ, ਇਹਦੇ ਬਾਰੇ ਗੱਲ ਕਰਾਂਗੇ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।